ਸੋ ਸਤਿ ਸ਼੍ਰੀ ਅਕਾਲ ਗਾਇਜ਼ ਕਿੱਦਾਂ ਸਾਰੇ ਜਾਣੇ ਆਈ ਹੋਪ ਸੋ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਸੋ ਲੈ ਕੇ ਆਇਆ ਮਿੱਤਰੋ ਅੱਜ ਇੱਕ ਹੋਰ ਨਵੀਂ ਵੀਡੀਓ ਜਿਹਦੇ ਅੰਦਰ ਮੈਂ ਤੁਹਾਨੂੰ ਦੱਸੂਗਾ ਕਿ ਆਪਾਂ ਜਿਹੜੀ ਡਿਲੇ ਹੁੰਦੀ ਆ ਸਮਝਦੇ ਹੋ ਨਾ ਡਿਲੇ ਉਹ ਆਪਾਂ ਵੋਕਲਸ ਦੇ ਉੱਤੇ ਕਿੱਦਾਂ ਲਾਉਣੀ ਆ ਸੋ ਆਓ ਜੀ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਦੱਸਦਾ ਵੀ ਇਹ ਆਪਾਂ ਵੀਡੀਓ ਕਾਦੇ ਵਾਸਤੇ ਲੈ ਕੇ ਆਏ ਆ ਮਤਲਬ ਕਿਉਂ ਲੈ ਕੇ ਆਏ ਆ ਇਹ ਆਪਣੀ ਬੇਸਿਕਲੀ ਵੋਕਲ ਮਿਕਸਿੰਗ ਸੀਰੀਜ਼ ਚੱਲ ਰਹੀ ਹੈ ਜਿਹਦੇ ਅੰਦਰ ਆਪਾਂ ਤੁਹਾਨੂੰ ਪਿੱਛੇ ਸਾਰਾ ਕੁਝ ਦੱਸਤਾ ਵੋਕਲ ਨੂੰ ਸਾਫ਼ ਕਿਦਾਂ ਕਰਨਾ ਵੋਕਲ ਨੂੰ ਵਾਰਮਥ ਕਿਦਾਂ ਦੇਣੀ ਆ ਵੋਕਲ ਨੂੰ ਕੰਪਰੈਸ ਕਿਦਾਂ ਕਰਨਾ ਵੋਕਲ ਨੂੰ ਡੀ ਐਸਿੰਗ ਕਿਦਾਂ ਦੇਣੀ ਆ ਐਂਡ ਵੋਕਲ ਦੇ ਉੱਤੇ ਰਿਵਰਬ ਕਿਦਾਂ ਐਪਲਾਈ ਕਰਨੀ ਆ ਜਿਹੜੀ ਮੇਰੇ ਕਿਸੇ ਵੀਰ ਨੇ ਉਹ ਵੀਡੀਓ ਨਹੀਂ ਦੇਖੀ ਤਾਂ ਮੈਂ ਉੱਪਰ ਆਈ ਬਟਨ 'ਚ ਉਹਦਾ ਲਿੰਕ ਦੇ ਦੂੰਗਾ ਔਰ ਜਾ ਕੇ ਪਹਿਲਾਂ ਉਹ ਦੇਖਿਓ ਸਾਰੀਆਂ ਵੀਡੀਓਜ਼ ਮੇਬੀ 5 ਆ ਗਈਆਂ ਆ ਤੇ ਇਹ ਆਪਣਾ 6ਵਾਂ ਲੈਕਚਰ ਆ ਪੰਜਾਬੀ ਦੇ ਅੰਦਰ ਜਿੱਥੇ ਮੈਂ ਤੁਹਾਨੂੰ ਦੱਸੂੰਗਾ ਕਿ ਡਿਲੇ ਕਿਦਾਂ ਲਾਉਣੀ ਆ ਆਪਾਂ ਠੀਕ ਹੈ ਜੀ ਸੋ ਆਪਾਂ ਕਰਦੇ ਹਾਂ ਸ਼ੁਰੂ ਉਸ ਤੋਂ ਪਹਿਲਾਂ ਤੁਸੀਂ ਚੈਨਲ ਨੂੰ ਕਰ ਦਿਓ ਲਾਈਕ ਸ਼ੇਅਰ ਸਬਸਕ੍ਰਾਈਬ ਜੇ ਕੋਈ ਨਵਾਂ ਬੰਦਾ ਆਇਆ ਤਾਂ ਉਹਦਾ ਵੈਲਕਮ ਜੇ ਕੋਈ ਪੁਰਾਣਾ ਬੰਦਾ ਦੁਬਾਰਾ ਕੋਮ ਫਿਰ ਕੇ ਆਇਆ ਤਾਂ ਉਹਦਾ ਧੰਨਵਾਦ ਠੀਕ ਹੈ ਜੀ ਸੋ ਆਓ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਪਹਿਲਾਂ ਆਪਾਂ ਕੀ ਪ੍ਰੋਸੈਸਿੰਗ ਕਰ ਲਈ ਸੀ ਪੁਰਾਣੀ ਵੀਡੀਓ ਦੇ ਅੰਦਰ ਆਵਾਜ਼ ਕਿਉਂ ਨਹੀਂ ਆਉਂਦੀ ਓਏ ਹੋਣਾ ਹੋਗੀ ਜੀ ਇਕ ਲੋ ਰੱਖੇ ਜੱਟਾ ਡੱਬ ਵਿੱਚ ਅਸਲਾ ਕਿੰਨੇ ਕਿੰਨੇ ਵੈਰ ਤੇਰੇ ਦਾ ਕੀ ਐ ਮਸਲਾ ਸੋ ਬੇਸਿਕਲੀ ਇਹ ਆਪਣੇ ਫੋਨ ਦੇ ਰਿਕਾਰਡਡ ਵੋਕਲ ਆ ਜਿਨ੍ਹਾਂ ਨੂੰ ਨਹੀਂ ਪਤਾ ਮੈਂ ਦੱਸ ਦਿਆਂ ਫੋਨ ਦੇ ਰਿਕਾਰਡਡ ਵੋਕਲ ਆ ਜਿਹਦੇ ਉੱਤੇ ਆਪਾਂ ਕਰ ਰਹੇ ਆ ਮਿਕਸਿੰਗ ਤੇ ਗਾਈਜ਼ ਇੱਕ ਮੈਂ ਹੋਰ ਗੱਲ ਤੁਹਾਨੂੰ ਕਹਿਣੀ ਸੀ ਕੱਲ ਪਰਸੋ ਮੈਨੂੰ ਇੱਕ ਬੰਦੇ ਦਾ ਫੋਨ ਆਇਆ ਕਲਾਇੰਟ ਦਾ ਕਿ ਵੀਰੇ ਤੁਹਾਡੇ ਨਾਮ ਦੇ ਉੱਤੇ ਵਿਕਰਮ ਪ੍ਰੋ ਬਣ ਕੇ ਕੋਈ ਮਤਲਬ ਸਾਡੇ ਨਾਲ ਗੱਲ ਕਰਦਾ ਸੀ ਵੀ ਉਹ ਕਹਿੰਦਾ ਸੀ ਵੀ ਬਾਈ ਹਜੇ ਬਿਜ਼ੀ ਆ ਤੇ ਅਸੀਂ ਉਹਦੇ ਹੀ ਬੰਦੇ ਆ ਤੇ ਸਾਨੂੰ ਦੇ ਦਿਓ ਮਿਊਜ਼ਿਕ ਬਣਵਾਉਣ ਲਈ ਤੇ ਸਾਨੂੰ ਐਡਵਾਂਸ ਪੇਮੈਂਟ ਪਾ ਦਿਓ ਇਦਾਂ ਕੋਈ ਫਰਾਡ ਕਰਨ ਦਿਆ ਸੀ ਠੀਕ ਹੈ ਸੋ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਜਿਹੜਾ ਮੇਰਾ ਨੰਬਰ ਚੈਨਲ ਦੀ ਅਬਾਊਟ ਚ ਦਿੱਤਾ ਹੋਇਆ ਨਾ ਤੁਸੀਂ ਸਿਰਫ ਉਸ ਤੇ ਹੀ ਕਾਲ ਕਰਨੀ ਹੁੰਦੀ ਹੈ ਜੇ ਕਿਸੇ ਨੇ ਕੋਈ ਕੰਮ ਕੁਮ ਕਰਵਾਉਣਾ ਹੁੰਦਾ ਆ ਅਦਰਵਾਈਜ਼ ਜੇ ਕੋਈ ਹੋਰ ਤੁਹਾਨੂੰ ਕਹੇ ਵੀ ਮੈਂ ਰੱਖਿਆ ਹੋਇਆ ਉਹਨਾਂ ਦਾ ਬੰਦਾ ਹਨਾ ਇਦਾਂ ਇਦਾਂ ਤਾਂ ਕਿਸੇ ਦਾ ਯਕੀਨ ਨਹੀਂ ਕਰਨਾ ਕਿਉਂਕਿ ਮੈਂ ਇੰਡੀਵਿਜੁਅਲ ਪਰਸਨ ਆ ਜਿਹੜਾ ਕੰਮ ਕਰਦਾ ਸਾਰਾ ਮੈਂ ਕੋਈ ਮੁੰਡਾ ਨਹੀਂ ਰੱਖਿਆ ਕੋਈ ਕੁੜੀ ਨਹੀਂ ਰੱਖੀ ਠੀਕ ਹੈ ਜੀ ਆਪਾਂ ਕੋਈ ਬੰਦਾ ਨਹੀਂ ਰੱਖਿਆ ਨਾਲ ਆਪਣੇ ਸੋ ਤੁਸੀਂ ਉਸ ਨੰਬਰ ਉੱਤੇ ਹੀ ਕਾਲ ਕਰਨੀ ਹੈ ਜਦੋਂ ਵੀ ਕਰਨੀ ਹੈ ਤਾਂ ਕਿ ਕਿਸੇ ਨਾਲ ਵੀ ਧੋਖਾ ਨਾ ਹੋਵੇ ਠੀਕ ਹੈ ਤੇ ਹੁਣ ਆਪਾਂ ਦੇ ਸੁਣਦੇ ਆ ਆਪਣੀ ਵੋਕਲ ਦੀ ਪ੍ਰੋਸੈਸਿੰਗ ਸੋਲੋ ਕਰਕੇ ਔ ਕਿਹੜੀ ਗੱਲੋਂ ਰੱਖੇ ਜੱਟਾ ਡੱਬ ਵਿੱਚ ਅਸਲਾ ਕਿੰਨੇ ਕਿੰਨੇ ਵੈਰ ਤੇਰੇ ਦਾ ਸਹੀ ਹੈ ਮਸਲਾ ਤੇ ਜੇ ਮੈਂ ਤੁਹਾਨੂੰ ਵੋਕਲ ਬਿਨਾ ਪ੍ਰੋਸੈਸਿੰਗ ਤੋਂ ਸੁਣਾਵਾਂ ਕਿਹੜੀ ਗੱਲੋਂ ਰੱਖੇ ਜੱਟਾ ਡੱਬ ਵਿੱਚ ਅਸਲਾ ਕਿੰਨੇ ਕਿਨੇ ਵਹਿਰ ਤੇਰੇ ਦੱਸ ਕੀ ਐ ਮਸਲਾ ਸੋਕਲ ਇਦਾਂ ਦੀ ਸੀਗੀ ਜਿਹਨੂੰ ਆਪਾਂ ਤੋੜ ਮਰੋੜ ਕੇ ਪਾਲਿਸ਼ਿੰਗ ਕਰਕੇ ਇਦਾਂ ਦਾ ਬਣਾਇਆ ਸੀਗਾ ਠੀਕ ਹੈ ਜੀ ਸੋ ਅੱਜ ਆਪਣਾ ਟਾਪਿਕ ਆ ਥੈਟ ਟਾਪਿਕ ਆ ਕਿ ਆਪਾਂ ਇਹਦੇ ਉੱਤੇ ਡਿਲੇ ਕਿਦਾਂ ਐਪਲਾਈ ਕਰਨੀ ਆ ਸਭ ਤੋਂ ਪਹਿਲਾਂ ਤਾਂ ਆਪਾਂ ਆਪਣੀ ਡਿਲੇ ਦੀ ਪਲੱਗਇਨ ਲੋਡ ਕਰਦੇ ਆ ਆਪਣੇ ਇੱਧਰ ਇੱਕ ਹੋਰ ਸੈਂਡ ਬਣਾ ਕੇ ਆ ਸੈਂਡ ਬਣ ਗਿਆ ਜੀ ਇਹਨੂੰ ਨਾਮ ਦਿੰਨੇ ਆ ਆਪਾਂ ਡਿਲੇ ਬਸ ਡਿਲੇ બસ ਉਹ ਇਹ ਡਿਲੇ ਬੂਆ ਪੈ ਗਿਆ ਜੀ ਬਸ ਦੇ ਨੈਨੋ ਨਾਮ ਆਪਣਾ ਤੇ ਆ ਬਸ ਆ ਗਿਆ ਸੋ ਡਿਲੇ ਬਸ ਦੇ ਅੰਦਰ ਆਪਾਂ ਸਭ ਤੋਂ ਪਹਿਲਾਂ ਕੀ ਲੋਡ ਕਰਨਾ ਆਪਾਂ ਲੋਡ ਕਰਨੀ ਆ ਕਿਧਰ ਗਈ ਕਿਧਰ ਗਈ ਬੇਟੀ ਬਾਹਰ ਆਓ ਫਰੂਟੀ ਡਿਲੇ 3 ਇਹ ਲੋਡ ਕਰ ਲਈਆਂ ਜੀ ਆਪਾਂ ਸੋ ਤੁਸੀਂ ਦੇਖ ਰਹੇ ਹੋ ਇਹਦੇ ਅੰਦਰ ਬਹੁਤ ਸਾਰੀਆਂ ਨੋਬਸ ਨੇ ਬਹੁਤ ਹੀ ਸਾਰੀਆਂ ਜਿਹੜੀਆਂ ਕਈਆਂ ਨੂੰ ਨਹੀਂ ਪਤਾ ਹੋਊਗਾ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਨੋਬਸ ਸਮਝਾ ਦਿਆਂ ਵੀ ਕੀ ਹੁੰਦੀ ਹੈ ਨੇ ਸਭ ਤੋਂ ਪਹਿਲਾਂ ਇੱਧਰ ਇਨਪੁਟ ਆ ਵੀ ਆਪਣਾ ਜਿਹੜਾ ਵੋਕਲ ਆ ਇਹਦੇ ਅੰਦਰ ਉਹ ਕਿੰਨੀ ਅਮਾਉਂਟ ਚ ਆਵੇ ਇਹਨੂੰ ਘੱਟ ਰੱਖੋਗੇ ਵੋਕਲ ਦੀ ਆਵਾਜ਼ ਘੱਟ ਆਊਗੀ ਜ਼ਿਆਦਾ ਰੱਖੋਗੇ ਜ਼ਿਆਦਾ ਹੀ ਆਊਗੀ ਨਾਰਮਲੀ ਜੀ ਗੱਲ ਦੂਸਰੀ ਗੱਲ ਆਪਣੇ ਕੋਲ ਕੀ ਆਉਂਦੀ ਆ ਇਹਦਾ ਟਾਈਮ ਠੀਕ ਹੈ ਜੀ ਸੋ ਟਾਈਮ ਬੇਸਿਕਲੀ ਤੁਸੀਂ ਮੈਂ ਇਹ ਨੌਬ ਤੇ ਕਰਸਰ ਲੈ ਕੇ ਜਾਊਂਗਾ ਉੱਪਰ ਦੇਖਿਓ ਕਿ ਉਹਦੇ ਉੱਤੇ ਚਾਰ ਲਿਖਿਆ ਆ ਰਿਹਾ ਚਾਰ ਸੈਕਿੰਡ ਚਾਰ ਸੈਕਿੰਡ ਦਾ ਮਤਲਬ ਮਤਲਬ ਚਾਰ ਆ ਰਿਹਾ ਇਕੱਲਾ ਲਿਖਿਆ ਚਾਰ ਦਾ ਮਤਲਬ ਕੀ ਆ ਵੀ ਉਹ ਇੱਕ ਵਾਰ ਜਦੋਂ ਆਪਣਾ ਕੋਈ ਚੀਜ਼ ਹਿੱਟ ਹੋਈ ਡਿਲੇ ਦੇ ਅੰਦਰ ਤਉ ਚਾਰ ਵਾਰ ਰਿਪੀਟ ਹੋਊਗੀ ਸੋ ਆਓ ਜੀ ਸੁਣਦੇ ਆਓ ਕਿਹੜੀ ਗੱਲੋਂ ਰੱਖੀ 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 ਗੱਲ ਤੁਸੀਂ ਦੇਖਿਆ ਕਿ ਉਹ ਜਿਹੜੀ ਆ ਡਿਲੇ ਦੀ ਟਾਈਮਿੰਗ ਉਹ ਥੋੜੀ ਲੇਟ ਹੋ ਗਈ ਠੀਕ ਹੈ ਜੀ ਸੋ ਟਾਈਮ ਦਾ ਬੇਸਿਕਲੀ ਇਹ ਮਤਲਬ ਆ ਠੀਕ ਹੈ ਉਹਦੇ ਅੰਦਰ ਉਸ ਤੋਂ ਬਾਅਦ ਨੌ ਬਾਗੀ ਆਫਸੈਟ ਆਫਸੈਟ ਦਾ ਮਤਲਬ ਇਹ ਆ ਜੇ ਤੁਸੀਂ ਇਹਨੂੰ ਸੈਂਟਰ 'ਚ ਰੱਖਿਆ ਤਾਂ ਤੁਹਾਡੀ ਡਿਲੇ ਆ ਜਿਹੜੀ ਉਹ ਵੋਕਲ ਦੇ ਹਿਸਾਬ ਨਾਲ ਚੱਲੂਗੀ ਜੇ ਇਹਨੂੰ ਥੋੜਾ ਜਿਹਾ ਤੁਸੀਂ ਆਫਸੈਟ ਕਰ ਦੋਗੇ ਤਾਂ ਉਹ ਥੋੜੀ ਜੀ ਸਾਈਡਾਂ ਤੇ ਸਪਰੈਡ ਹੋ ਜੂਗੀ ਆਉਜ ਸੁਣਦੇ ਆ ਕਿਹੜੀ ਗੱਲ ਹੋ ਰੱਖੀ 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 ਆ ਸੋ ਬੇਸਿਕਲੀ ਇਹ ਚੀਜ਼ ਸੁਣਨ ਲਈ ਤੁਹਾਨੂੰ ਹੈੱਡਫੋਨ ਲਾਉਣੇ ਪੈਣੇ ਆ ਤਾਂ ਹੈੱਡਫੋਨ ਲਾ ਕੇ ਹੀ ਵੀਡੀਓ ਦੇਖਿਓ ਮੈਂ ਰეკਮੈਂਡ ਕਰਦਾ ਠੀਕ ਹੈ ਜੀ ਸੋ ਇੱਧਰ ਆ ਗਿਆ ਆਪਣੇ ਤਿੰਨ ਮੋਡ ਇਹਦੇ ਅੰਦਰ ਕਿ ਇੱਕ ਤਾਂ ਡਿਲੇ ਜੇ ਆਫ ਰੱਖਣੀ ਆ ਇੱਕ ਪਿੰਗ ਪੋਂਗ ਡਿਲੇ ਰੱਖਣੀ ਆ ਸਟੀਰੀਓ ਰੱਖਣੀ ਆ ਜਾਂ ਮੋਨੋ ਰੱਖਣੀ ਆ ਬੇਸਿਕਲੀ ਵੋਕਲ ਦੇ ਲਈ ਆਪਾਂ ਸਟੀਰੀਓ ਰੱਖਦੇ ਆ ਰੈਪ ਵੋਕਲ ਦੇ ਲਈ ਆਪਾਂ ਪਿੰਗ ਪੋਂਗ ਰੱਖਦੇ ਹੁੰਨੇ ਆ ਬਾਕੀ ਆਪਣਾ ਆਪਣਾ ਟੇਸਟ ਹੈ ਜੀ ਠੀਕ ਹੈ ਜੀ ਉਸ ਤੋਂ ਬਾਅਦ ਆਉਂਦੀ ਹੋਈ ਸਟੀਰੀਓ ਵਿਡਥ ਆ ਗਈ ਜਿਹੜੀ ਆਪਾਂ ਰਿਵਰਬ ਦੇ ਲੈਕਚਰ ਚ ਡਿਸਕਸ ਕੀਤੀ ਸੀ ਜਿਨੇ ਉਹ ਨਹੀਂ ਦੇਖਿਆ ਜਾ ਕੇ ਜਰੂਰ ਦੇਖਿਓ ਉਸ ਤੋਂ ਬਾਅਦ ਆਉਂਦਾ ਆਪਣਾ ਫੀਡਬੈਕ ਸੈਕਸ਼ਨ ਫੀਡਬੈਕ ਸੈਕਸ਼ਨ ਕੀ ਹੈ ਜਿਹੜਾ ਆਪਣਾ ਫੀਡਬੈਕ ਦਾ ਲੈਵਲ ਆ ਫੀਡਬੈਕ ਬੇਸਿਕਲੀ ਕੀ ਹੁੰਦਾ ਹੈ ਕਿ ਡਿਲੇ ਜਿਹੜੀ ਵੱਜਣੀ ਆ ਵੋਕਲ ਤੋਂ ਬਾਅਦ ਉਹਦਾ ਲੈਵਲ ਜੇ ਆਪਾਂ ਪੂਰਾ ਹਾਈ ਕਰ ਦਈਏ ਦੇਖਿਆ ਤੁਸੀਂ ਉਹਦੇ ਉੱਤੇ ਰੈੱਡ ਆ ਗਿਆ ਕਿ ਉਹ ਬੇਸਿਕਲੀ ਖਰਾਬ ਹੀ ਕਰੂਗਾ ਵੋਕਲ ਨੂੰ ਇੱਕ ਵਾਰ ਸੁਣਦੇ ਆਂ ਔ ਕੈੜੀ ਗੱਲ 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 ਸੋ ਤੁਸੀਂ ਦੇਖਿਆ ਜੀ ਕਿ ਉਹ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਫੀਡਬੈਕ ਦੇਈ ਜਾ ਰਿਹਾ ਉਹ ਬੰਦ ਨਹੀਂ ਹੋ ਰਿਹਾ ਸੋ ਬੇਸਿਕਲੀ ਇਹਨੂੰ ਤੁਸੀਂ ਆਪਣੇ ਟੇਸਟ ਦੇ ਹਿਸਾਬ ਨਾਲ ਰੱਖਣਾ ਹੈ ਜੇ ਆਪਾਂ ਇਹਨੂੰ ਇੰਨਾ ਕੁ ਰੱਖੀਏ ਔ ਰੱਠੀ ਗੱਲ 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 ਠੀਕ ਹੈ ਜੀ ਤੁਸੀਂ ਦੇਖਿਆ ਕਿ ਥੋੜੇ ਟਾਈਮ ਬਾਅਦ ਉਹ ਬੰਦ ਹੋ ਗਿਆ ਸੋ ਇਹ ਹੋ ਗਿਆ ਕੱਟਆਫ ਬੇਸਿਕਲੀ EQ ਆ ਵੀ ਤੁਸੀਂ ਡਿਲੇ ਕਿੰਨੇ ਤੇ ਰੱਖਣੀ ਹੈ ਕਿੰਨੀ ਫ੍ਰੀਕੁਐਂਸੀ ਤੇ ਰੱਖਣੀ ਆ ਇਹਨੂੰ ਛੇੜ ਕੇ ਇੱਕ ਵਾਰ ਦੇਖਦੇ ਆ ਉਹ ਕਿਹੜੀ ਗੱਲ ਕਿਹੜੀ ਗੱਲ ਕਿਹੜੀ ਗੱਲ ਕਿਹੜੀ ਗੱਲ ਸੋ ਤੁਸੀਂ ਬੇਸਿਕਲੀ ਦੇਖਿਆ ਕਿ ਤੁਹਾਡੀ ਜਿਹੜੀ ਡਿਲੇ ਆ ਉਹ ਥੋੜੀ ਜਿਹੀ ਉਹਦੀ ਹਾਈ ਫ੍ਰੀਕੁਐਂਸੀ ਆ ਉਹ ਸਾਰੀ ਕੱਟੀ ਗਈ ਹੈ ਜੇ ਆਪਾਂ ਨੂੰ ਫੁੱਲ ਰੱਖਦੇ ਆ ਤਾਂ ਉਹ ਸਾਰੀ ਫ੍ਰੀਕੁਐਂਸੀ ਸੁਣਾਊਗਾ ਇਹਦੇ ਅੰਦਰ ਠੀਕ ਹੈ ਜੀ 20 ਹਰਟਸ ਟੂ 220 ਕਿਲੋਹਰਟਸ ਠੀਕ ਹੈ ਜੀ ਉਸ ਤੋਂ ਬਾਅਦ ਇੱਥੇ ਆਪਣੇ ਥੋੜੇ ਫਿਲਟਰ ਵਗੈਰਾ ਸੈਂਪਲ ਰੇਟ ਇਹਨਾਂ ਦੀ ਹਜੇ ਇੰਨੀ ਲੋਡ ਨਹੀਂ ਹੈਗੀ ਜਿਹਨੇ ਹਲੇ ਬਿਗਨਿੰਗ ਤੋਂ ਸ਼ੁਰੂ ਕਰਨਾ ਹੈ ਠੀਕ ਹੈ ਜੀ ਸੋ ਇਹ ਸਾਰਾ ਪ੍ਰੋ ਲੈਵਲ ਦਾ ਕੰਮ ਆ ਸੋ ਜਿਨ੍ਹਾਂ ਨੇ ਹਜੇ ਫੋਨ ਤੋਂ ਰਿਕਾਰਡ ਕਰਕੇ ਵੋਕਲ ਆਪਣੇ ਕਵਰ ਸੌਂਗਸ ਲਈ ਜਾਂ ਮੰਨ ਲਓ ਵੀ ਕਿਸੇ ਦਾ ਅਫੀਸ਼ੀਅਲ ਟਰੈਕ ਵੀ ਹੈ ਕਿਸੇ ਨੇ ਟਰਾਈ ਕਰਨਾ ਆ ਉਹਨਾਂ ਲਈ ਸਿਰਫ ਇਨੀ ਚੀਜ਼ ਸਮਝਣੀ ਹਜੇ ਇਨਾਫ ਆ ਠੀਕ ਹੈ ਜੀ ਸੋ ਆਓ ਹੁਣ ਮੈਂ ਤੁਹਾਨੂੰ ਦੱਸਦਾ ਕਿ ਪੰਜਾਬੀ ਵੋਕਲ ਦੇ ਉੱਤੇ ਆਪਾਂ ਡਿਲੇ ਐਪਲਾਈ ਕਿੱਦਾਂ ਕਰਨੀ ਆ ਸਭ ਤੋਂ ਪਹਿਲਾਂ ਤਾਂ ਡਿਲੇ ਦਾ ਇੱਕ ਫੰਡਾ ਹੁੰਦਾ ਆ ਕਿ ਜਿਹੜੀ ਆਪਣੀ ਡਿਲੇ ਹੈ ਨਾ ਉਹ ਜਦੋਂ ਆਪਣੀ ਮੇਨ ਵੋਕਲ ਚੱਲਦੀ ਆ ਉਦੋਂ ਆਪਣੀ ਡਿਲੇ ਜਾਂ ਤਾਂ ਸੁਣਨੀ ਨਹੀਂ ਚਾਹੀਦੀ ਜਾਂ ਬਿਲਕੁਲ ਘੱਟ ਸੁਣਨੀ ਚਾਹੀਦੀ ਆ ਠੀਕ ਹੈ ਜੀ ਸਭ ਤੋਂ ਪਹਿਲੀ ਡਿਲੇ ਦੀ ਜਿਹੜੀ ਹੈ ਰੂਲ ਕਹਿ ਸਕਦੇ ਆ ਆਪਾਂ ਤੁਸੀਂ ਮੰਨ ਕੇ ਚੱਲਣੀ ਆ ਸੋ ਸਭ ਤੋਂ ਪਹਿਲਾਂ ਕੰਮ ਆਪਾਂ ਕੀ ਕਰਨਾ ਇਨਸਟਰੂਮੈਂਟਲ ਔਨ ਕਰਾਂਗੇ ਉਹਦੇ ਹਿਸਾਬ ਨਾਲ ਆਪਾਂ ਇਹਦਾ ਟਾਈਮ ਸੈੱਟ ਕਰਾਂਗੇ ਕਿ ਟਾਈਮ ਕਿੰਨਾ ਰੱਖਣਾ ਆਪਾਂ ਸਪਰੋ ਸਪਰੋ ਐਡੀ ਕਲੋ ਰੱਖੀ ਜੱਟਾ ਡੱਬ ਵਿੱਚ ਅਸਲਾ ਕਿੰਨੇ ਕਨੇ ਵੈਰ ਤੇਰੇ ਦੱਸ ਕੇ ਸੋ ਬੇਸਿਕਲੀ ਮੈਨੂੰ ਇਹਦਾ 1/4th ਟਾਈਮ ਜਿਹੜਾ ਪਰਫੈਕਟ ਲੱਗਦਾ ਆ ਜੇ ਤੁਸੀਂ 1/3 ਰੱਖਦੇ ਹੋ ਤਾਂ ਦੇਖਦੇ ਆ ਕੀ ਬਣਦਾ ਐਡੀ ਕਲੋ ਰੱਖੀ ਜੱਟਾ ਡੱਬ ਵਿੱਚ ਅਸਲਾ ਵਿੱਚ ਅਸਲਾ ਵਿੱਚ ਅਸਲਾ ਵਿੱਚ ਅਸਲਾ ਵਿੱਚ ਸੋ ਬੇਸਿਕਲੀ ਉਹਨੇ ਇੰਨਾ ਪ੍ਰਭਾਵ ਨਹੀਂ ਪਾਇਆ ਆਪਾਂ 1/4th ਹੀ ਰੱਖਦੇ ਆ ਉਹ ਜ਼ਿਆਦਾ ਵਧੀਆ ਲੱਗਦੀ ਆ ਇਹ ਟਰੈਕ ਦੇ ਉੱਤੇ ਠੀਕ ਹੈ ਜੀ ਸੋ ਆਪਣਾ ਟਾਈਮ ਹੋ ਗਿਆ ਸੈੱਟ ਪੈਨ ਦਾ ਤੁਹਾਨੂੰ ਮੈਂ ਪਹਿਲਾਂ ਦੱਸਿਆ ਵੀ ਇਹਨੂੰ ਥੋੜਾ ਲੈਫਟ ਰਾਈਟ ਹੀ ਰੱਖਿਆ ਕਰੋ ਤਾਂ ਕਿ ਸੈਂਟਰ 'ਚ ਜਿਹੜਾ ਆਪਣਾ ਵੋਕਲ ਚੱਲੇ ਡਿਲੇ ਆਪਣੀ ਜਿਹੜੀ ਉਹ ਥੋੜੀ ਸਾਈਡਾਂ ਤੇ ਸੁਣੀ ਠੀਕ ਹੈ ਜੀ ਸੋ ਇੱਕ ਵਾਰ ਆਪਾਂ ਸੁਣਦੇ ਆ ਇਹ ਕੀ ਬਣਿਆ ਕਿਹੜੀ ਗੱਲੋਂ ਰੱਖੀ ਜੱਟਾ ਡੱਬ ਵਿੱਚ ਅਸਲਾ ਕਿੰਨੇ ਕਿੰਨੇ ਵੈਰ ਤੇਰੇ ਦਾ ਸਹੀ ਕੀ ਐ ਮਸਲਾ ਸੋ ਬੇਸਿਕਲੀ ਤੁਸੀਂ ਸੁਣਿਆ ਕਿ ਜਿਹੜੀ ਤੁਹਾਡੀ ਡਿਲੇ ਆ ਉਹ ਮੇਨ ਵੋਕਲ ਨੂੰ ਖਰਾਬ ਕਰ ਰਹੀ ਆ ਉਹਦੇ ਨਾਲ ਕਲੈਸ਼ ਹੋ ਰਹੀ ਆ ਉਹ ਮੇਨ ਵੋਕਲ ਵੀ ਨਹੀਂ ਚੰਗੀ ਤਰ੍ਹਾਂ ਸੁਣ ਰਹੀ ਤੁਹਾਡੀ ਡਿਲੇ ਵੀ ਨਹੀਂ ਚੰਗੀ ਤਰ੍ਹਾਂ ਸੁਣਨ ਦੇ ਠੀਕ ਹੈ ਜੀ ਸੋ ਇਹ ਹੁਣ ਆਪਾਂ ਇਹਦਾ ਕੀ ਸੋਲੂਸ਼ਨ ਆ ਇਹ ਵੀ ਮੈਂ ਤੁਹਾਨੂੰ ਦੱਸਦਾ ਹੁਣੇ ਸੋ ਬੇਸਿਕਲੀ ਗਾਈਜ਼ ਆਪਾਂ ਇਹਦੇ ਅੰਦਰ ਲਾਉਣੀ ਆ ਇੱਕ ਆਟੋਮੇਸ਼ਨ ਆਟੋਮੇਸ਼ਨ ਦਾ ਕੀ ਫੰਡਾ ਆ ਇੱਕ ਵੀ ਜਿਹੜੀ ਇਹ ਤੁਹਾਡੀ ਵੈਟ ਨੋਬ ਠੀਕ ਹੈ ਇਹਨੂੰ ਤਾਂ ਤੁਸੀਂ ਫੁੱਲ ਰੱਖਣਾ ਹੈ ਇੱਥੇ ਜਦੋਂ ਬੇਸਿਕਲੀ ਆਪਾਂ ਬਸ ਬਣਾਉਣੀ ਆ ਜਿਹੜੀ ਤੁਹਾਡੀ ਡਰਾਈ ਨੋਬ ਆ ਉਹਨੂੰ ਬਿਲਕੁਲ ਕਰ ਦੇਣਾ ਡਾਊਨ ਆਓ ਜੀ ਸੁਣਦੇ ਹਾਂ ਕੀ ਬਣਿਆ ਓਕੇ ਡੀਗੂ ਡੀਗਟਾ ਡਾਟਾ ਅਸਲੀ 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 ਸੁ ਬੇਸਿਕਲੀ ਹੁਣ ਤੁਸੀਂ ਚਾਹੁੰਦੇ ਹੋ ਕਿ ਜਦੋਂ ਤੁਹਾਡਾ ਵੋਕਲ ਹਿੱਟ ਹੋਵੇ ਤੁਹਾਡੀ ਜਿਹੜੀ ਡਿਲੇ ਆ ਉਹ ਡਾਊਨ ਜਾਵੇ ਮਤਲਬ ਉਹਦੀ ਵੋਲਿਊਮ ਘਟ ਹੋਵੇ ਤੇ ਜਦੋਂ ਤੁਹਾਡਾ ਵੋਕਲ ਬੰਦ ਹੋ ਜੇ ਉਦੋਂ ਉਹਦੀ ਵੋਲਿਊਮ ਜਿਆਦਾ ਹੋਵੇ ਸੋ ਇਹਦੇ ਲਈ ਬੇਸਿਕਲੀ ਆਪਾਂ ਕੀ ਕਰ ਸਕਦੇ ਆ ਇਹਦੇ ਲਈ ਆਪਾਂ ਕਰ ਸਕਦੇ ਆ ਸਾਈਡ ਚੇਨਿੰਗ ਸਾਈਡ ਚੇਨਿੰਗ ਆਪਾਂ ਕਿਦਾਂ ਕਰ ਸਕਦੇ ਆ ਇੱਥੇ ਤੁਸੀਂ ਲੋਡ ਕਰਨਾ ਇੱਕ ਫਰੂਟੀ ਪੀਕ ਕੰਟਰੋਲਰ ਠੀਕ ਹੈ ਜੀ ਇਹ ਬਹੁਤ ਜ਼ਿਆਦਾ ਹੈਲਪਫੁਲ ਟੂਲ ਆ ਫਰੂਟੀ ਪੀਕ ਕੰਟਰੋਲਰ ਲੋਡ ਕਰਕੇ ਫਿਰ ਤੁਸੀਂ ਜਾਣਾ ਆ ਆਪਣੇ ਡਿਲੇ ਵਾਲੀ ਵਾਸਤੇ ਉਹਦੇ ਫਿਲਟਰ ਤੇ ਕਰਨਾ ਆਪਾਂ ਰਾਈਟ ਕਲਿਕ ਲਿੰਕ ਟੂ ਕੰਟਰੋਲਰ ਇਨਪੁਟ ਦੇ ਅੰਦਰ ਇਨਵਰਟਡ ਕਰ ਦੇਣਾ ਤੇ ਜਿਹੜਾ ਇੱਧਰ ਆ ਇੱਥੇ ਆਪਾਂ ਰੱਖਣਾ ਆ ਆਪਣਾ ਦੂਜਾ ਕੰਟਰੋਲਰ ਆ ਪੀਕ ਕੰਟਰੋਲ ਟਿਕ ਠੀਕ ਹੈ ਜੀ ਫਿਰ ਮਾਰਨਾ ਐਕਸੈਪਟ ਆਓ ਸੁਣਦੇ ਹਾਂ ਕੀ ਬਣਿਆ ਆਓ ਕਿਹੜੀ ਗੱਲ ਉਹ ਰੱਤੀ ਜੱਟਾ ਡੱਬ ਵਿੱਚ ਆ ਸਲਾਮ ਕਿੰਨੇ ਕਨੇ ਵੈਰ ਤੇਰੇ ਦੱਸ ਕੀ ਐ ਮਸਲਾ ਸਲਾਮ 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 ਸੋ ਬੇਸਿਕਲੀ ਤੁਸੀਂ ਦੇਖਿਆ ਕਿ ਜਦੋਂ ਹੀ ਆਪਣੀ ਵੋਕਲ ਹਿੱਟ ਹੁੰਦੀ ਆ ਤੇ ਜਿਹੜਾ ਫੇਡਰ ਆ ਉਹ ਥੱਲੇ ਜਾਂਦਾ ਆ ਠੀਕ ਹੈ ਜੀ ਸੋ ਜਦੋਂ ਆਪਣੀ ਵੋਕਲ ਖਤਮ ਹੋਈ ਫੇਡਰ ਇੱਕਦਮ ਪੂਰਾ ਉੱਪਰ ਆ ਗਿਆ ਸੋ ਫੇਡਰ ਤੁਸੀਂ ਬਾਈ ਡਿਫਾਲਟ ਕਿੱਥੇ ਰੱਖਣਾ ਇਹ ਤੁਸੀਂ ਜਿਹੜੀ ਬੇਸ ਨੋਬ ਆ ਇਹਨੂੰ ਛੇੜ ਕੇ ਕਰ ਸਕਦੇ ਹੋ ਇਹ ਇਦਾਂ ਆ ਦੇਖੋ ਮਤਲਬ ਹੁਣ ਆਪਾਂ ਚਾਹੁੰਦੇ ਆ ਆਪਣਾ ਫੇਡਰ ਬਾਈ ਡਿਫਾਲਟ ਇੱਥੇ ਹੋਵੇ ਤਾਂ ਇਹ ਆਪਣੀ ਬੇਸ ਨੋਬ ਆਪਾਂ ਰੱਖਣੀ ਆ 50% ਤੇ ਆਹ ਕਿਹੜੀ ਗੱਲ ਹੋ ਰੱਖੇ ਜੱਟਾ ਡੱਬ ਵਿੱਚ ਅਸਲਾ ਕਿੰਨੇ ਕਿੰਨੇ ਵਹਿਰ ਤੇਰੇ ਦੱਸ ਕੀ ਐ ਮਸਲਾ ਸੋ ਜੇ ਇਹ ਡਿਲੇ ਵੀ ਤੁਹਾਨੂੰ ਡਿਲੇ ਦੀ ਕੱਲੀ ਦੀ ਬਾਤ ਜਿਆਦਾ ਲੱਗਦੀਆਂ ਤਾਂ ਤੁਸੀਂ ਬੇਸ ਦੀ ਨੋਬ ਹੋਰ ਵਧਾ ਦਿਓ ਉਹ ਡਿਲੇ ਦੀ ਵੋਲਿਊਮ ਹੋਰ ਘੱਟ ਹੋ ਚੁਗੀ ਫਿਰ ਆਉਂਦੀ ਆ ਆਪਣੀ ਵੋਲਿਊਮ ਨੋਬ ਵੋਲਿਊਮ ਨੋਬ ਦਾ ਬੇਸਿਕਲੀ ਕੰਮ ਕੀ ਆ ਕਿ ਜਿਹੜੀ ਆਪਣੀ ਕੰਪਰੈਸ਼ਨ ਆ ਮਤਲਬ ਸਾਈਡ ਚੇਨਿੰਗ ਆ ਮੈਂ ਤੁਹਾਨੂੰ ਕਹਿ ਸਕਦਾ ਵੀ ਜਿਹੜੀ ਹੋਤੀ ਵੋਲਿਊਮ ਘੱਟ ਕਰ ਰਿਹਾ ਡਿਲੇ ਦੀ ਉਹ ਆਪਾਂ ਕਿੰਨੀ ਜਿਆਦਾ ਘੱਟ ਕਰਨਾ ਚਾਹੁੰਦੇ ਆ ਮਤਲਬ ਜੇ ਤਾਂ ਬਿਲਕੁਲ ਹੀ ਬੰਦ ਕਰਨੀ ਆ ਫਿਰ ਇਹਨੂੰ ਫੁੱਲ ਕਰ ਦਿਓ ਜੇ ਥੋੜੀ ਬਹੁਤੀ ਘੱਟ ਕਰਨੀ ਆ ਫਿਰ ਇਹਨੂੰ ਘੱਟ ਕਰ ਦਿਓ ਆਓ ਇੱਕ ਵਾਰ ਤੁਹਾਨੂੰ ਪ੍ਰੈਕਟੀਕਲੀ ਔਕ ਕਿਹੜੀ ਗੱਲੋਂ ਰੱਖੇ ਜੱਟਾ ਡੱਬ ਵਿੱਚ ਆਸਲਾ ਕਿੰਨੇ ਕਿੰਨੇ ਵਹਿਰ ਤੇਰੇ ਦੱਸ ਕੀ ਐ ਮਸਲਾ ਠੀਕ ਹੈ ਜੀ ਜੇ ਆਪਾਂ ਇਹਨੂੰ ਇੱਥੇ ਕੀ ਰੱਖੀਏ ਔਕ ਕਿਹੜੀ ਗੱਲੋਂ ਰੱਖੇ ਜੱਟਾ ਡੱਬ ਵਿੱਚ ਆਸਲਾ ਕਿੰਨੇ ਕਿੰਨੇ ਵਹਿਰ ਤੇ ਸੋ ਬੇਸਿਕਲੀ ਤੁਸੀਂ ਦੇਖਿਆ ਕਿ ਉਹਨੇ ਉਹਨੂੰ ਥੋੜਾ ਜਿਹਾ ਕੱਟ ਕੀਤਾ ਸੋ ਇਹ ਮੈਂ ਤੁਹਾਨੂੰ ਰეკਮੈਂਡ ਕਰੂੰਗਾ ਕਿ ਆਪਣੇ ਟੇਸਟ ਦੇ ਹਿਸਾਬ ਨਾਲ ਇਹਨੂੰ ਲਾਇਆ ਕਰੋ ਜੀ ਕਿ ਤੁਸੀਂ ਇਹ ਕਿੰਨੇ ਜੜੀ ਆਪਣੀ ਡਿਲੇ ਆ ਉਹ ਰੱਖਣੀ ਹੈ ਸੋ ਆਓ ਇਹਨੂੰ ਸੈੱਟ ਕਰਦੇ ਹਾਂ ਇਨਸਟਰੂਮੈਂਟਲ ਨਾਲ ਚਲਾ ਕੇ ਉਹ ਢੇੜੀ ਕੋਲ ਰੱਖੇ ਜੱਟਾ ਡੱਬ ਵਿੱਚ ਹਸਲਾ ਕਿੰਨੇ ਕਨੇ ਵੈਰ ਤੇਰੇ ਦਾਸ ਕੀ ਐ ਮਸਲਾ ਉਹ ਢੇੜੀ ਕੋਲ ਰੱਖੇ ਜੱਟਾ ਡੱਬ ਵਿੱਚ ਹਸਲਾ ਕਿੰਨੇ ਕਨੇ ਵੈਰ ਤੇਰੇ ਦਾਸ ਕੀ ਐ ਮਸਲਾ ਸੋ ਬੇਸਿਕਲੀ ਮੈਨੂੰ ਇੱਥੇ ਇਹ ਜਿਹੜੀ ਨੋਬ ਸੀ ਉਹ ਵਧੀਆ ਲੱਗੀ ਆ ਕਿ ਪਰਫੈਕਟ ਕੰਮ ਕਰਦੀ ਆ ਇੱਥੇ ਹਨਾ ਜੀ ਤੇ ਇਹਦੀਆਂ ਇੱਕ ਦੋ ਟ੍ਰਿਕਸ ਹੋਰ ਵੀ ਨੇ ਉਹ ਵੀ ਮੈਂ ਤੁਹਾਨੂੰ ਅੱਗੇ ਦੱਸ ਦਿਨਾ ਪਰ ਵੀਡੀਓ ਜਿਆਦਾ ਲੰਬੀ ਹੋ ਜਾਣੀ ਆ ਫਿਰ ਤੁਸੀਂ ਦੇਖਣੀ ਨਹੀਂ ਪੂਰੀ ਉਹ ਟ੍ਰਿਕ ਜਿਹੜੀ ਦੂਜੀ ਟ੍ਰਿਕ ਆ ਉਹ ਮੈਂ ਤੁਹਾਨੂੰ ਆਟੋਮੇਸ਼ਨ ਵਾਲੇ ਲੈਕਚਰ ਚ ਦੱਸੂਗਾ ਇੱਕ ਆਪਣਾ ਆਟੋਮੇਸ਼ਨ ਵਾਲਾ ਲੈਕਚਰ ਵੀ ਆਉਣਾ ਸੋ ਉਹ ਸੁਣਨ ਦੇ ਲਈ ਆਪਣਾ ਚੈਨਲ ਸਬਸਕ੍ਰਾਈਬ ਕਰ ਲਓ ਵੀਡੀਓ ਨੂੰ ਕਰ ਦਿਓ ਲਾਈਕ ਜੇ ਵਧੀਆ ਲੱਗੀ ਜਾਂਦੀ ਆ ਤੇ ਸ਼ੇਅਰ ਕਰ ਦਿਓ ਦੋਸਤਾਂ ਮਿੱਤਰਾਂ ਦੇ ਨਾਲ ਸੋ ਬੇਸਿਕਲੀ ਹੁਣ ਆਪਾਂ ਵੋਕਲ ਸੋਲੋ ਕਰਕੇ ਸੁਣਦੇ ਆ ਕਿ ਕਿੱਦਾਂ ਦਾ ਲੱਗ ਰਿਹਾ ਕਿਹੜੀ ਗੱਲੋਂ ਰੱਖੇ ਜੱਟਾ ਡੱਬ ਵਿੱਚ ਅਸਲਾ ਕਿੰਨੇ ਕਨੇ ਵਹਿਰ ਤੇਰੇ ਦੱਸ ਕੀ ਐ ਮਸਲਾ ਠੀਕ ਹੈ ਜੀ ਤੇ ਹੁਣ ਜੇ ਤੁਸੀਂ ਚਾਹੁੰਦੇ ਆ ਕਿ ਤੁਹਾਡੀ ਜਿਹੜੀ ਡਿਲੇ ਆ ਉਹਨੂੰ ਤੁਸੀਂ EQ ਕਰਨਾ ਤੁਸੀਂ ਇੱਥੇ ਕੀ ਕਰਨਾ ਇੱਕ ਫਰੂਟੀ ਪੈਰਾਮੈਟ੍ਰਿਕ EQ2 ਲੋਡ ਕਰਕੇ ਤੁਸੀਂ ਉਹਨੂੰ ਜਿੱਦਾਂ ਮਰਜ਼ੀ EQ ਕਰ ਸਕਦੇ ਹੋ ਠੀਕ ਹੈ ਜੀ ਜਿੱਦਾਂ ਮਰਜ਼ੀ ਤੁਸੀਂ ਉਹਨੂੰ EQ ਕਰ ਸਕਦੇ ਹੋ ਆਪਣੀ ਕਲੀ ਪਰਟੀਕੂਲਰ ਡਿਲੇ ਨੂੰ ਕਿਉਂਕਿ ਇਹਦੇ ਤੇ ਕੱਲਾ ਡਿਲੇ ਦਾ ਸਿਗਨਲ ਆ ਸਿਗਨਲ ਆ ਰਿਹਾ ਜਿਹੜਾ ਵੈਟ ਸਿਗਨਲ ਆ ਸੋ ਬੇਸਿਕਲੀ ਇਹਨੂੰ ਇੱਥੋਂ ਤਾਂ ਪੂਰਾ ਕੱਟ ਕਰ ਦਿਆ ਕਰੋ ਤਾਂ ਕਿ ਉਹ ਜਿਹੜੀ ਤੁਹਾਡੀ ਬੇਸ ਆ ਜਾਂ ਕਿੱਕ ਆ ਉਹਦੇ ਨਾਲ ਕਲੈਸ਼ ਨਾ ਹੋਵੇ ਤੇ ਜਿਹੜੀ ਤੁਹਾਡੀ ਵੋਕਲ ਆ ਉਹਦੇ ਨਾਲ ਵੀ ਉਹ ਬਹੁਤ ਹੀ ਕਲੈਸ਼ ਨਾ ਹੋਵੇ ਤਾਂ ਕਰਕੇ ਓਹ ਕਿਹੜੀ ਗੱਲ ਉਹ ਰੱਖੇ ਜੱਟਾ ਡੱਬ ਵਿੱਚ ਮਸਲਾ ਕਿੰਨੇ ਕਰ ਤੇਰੇ ਦੱਸ ਕੀ ਐ ਮਸਲਾ ਠੀਕ ਹੈ ਜੀ ਸੋ ਇਹ ਦੋ ਤਰੀਕੇ ਸੀਗੇ ਅੱਜ ਕੇ ਡਿਲੇ ਆਪਾਂ ਆਪਣੇ ਵੋਕਲ ਦੇ ਉੱਤੇ ਕਿਦਾਂ ਐਪਲਾਈ ਕਰਨੀਆਂ ਹੁਣ ਤੁਸੀਂ ਇੱਕ ਵਾਰ ਫਾਈਨਲ ਜਿਹੜਾ ਆਪਣਾ ਰਿਜ਼ਲਟ ਆ ਉਹ ਸੁਣ ਲਓ ਫਿਰ ਤੁਹਾਨੂੰ ਅੱਗੇ ਕੁਝ ਗੱਲਾਂ ਦੱਸਦਾ ਤੁਹਾਡੇ ਮਤਲਬ ਦੀਆਂ ਓ ਮਾਈ ਗਾਡ ਇਟਸ ਬਰੋ ਅੱਤੇ ਰਿਕ ਨੂੰ ਰੱਖੇ ਜੱਟਾ ਡੱਬ ਵਿੱਚ ਅਸਲਾ ਕਿੰਨੇ ਕਨੇ ਵੈਰ ਤੇਰੇ ਦੱਸ ਕੀ ਐ ਮਸਲਾ ਸੋ ਬੇਸਿਕਲੀ ਤੁਸੀਂ ਦੇਖਿਆ ਕਿ ਜਦੋਂ ਆਪਣਾ ਵੋਕਲ ਖਤਮ ਹੁੰਦਾ ਤਾਂ ਦੱਸ ਕੀ ਐ ਦੱਸ ਕੀ ਐ ਉਸ ਤੋਂ ਬਾਅਦ ਜੋ ਜਿਹੜਾ ਇਫੈਕਟ ਆਉਂਦਾ ਉਹ ਵਧੀਆ ਲੱਗਦਾ ਠੀਕ ਹੈ ਜੀ ਸੋ ਹੁਣ ਆਉਨੇ ਆ ਆਪਾਂ ਆਪਣੀਆਂ ਅਗਲੀਆਂ ਡੂੰਘੀਆਂ ਗੱਲਾਂ ਤੇ ਪਹਿਲੀ ਡੂੰਗੀ ਗੱਲ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਜੇ ਵੀਡੀਓ ਵਧੀਆ ਲੱਗੀ ਆ ਤਾਂ ਕਮੈਂਟ ਕਰਕੇ ਦੱਸੋ ਜੇ ਕੁਝ ਸਿੱਖਣ ਨੂੰ ਮਿਲਿਆ ਤਾਂ ਵੀ ਕਮੈਂਟ ਕਰਕੇ ਦੱਸੋ ਦੂਜੀ ਜ਼ਰੂਰੀ ਗੱਲ ਕਿ ਤੁਸੀਂ ਮੈਨੂੰ ਇੰਸਟਾਗ੍ਰam ਤੇ ਫੋਲੋ ਕਰਨਾ ਹੈ ਕਿਸੇ ਵੀ ਚੀਜ਼ ਚ ਦਿੱਕਤ ਆਉਂਦੀ ਆ ਮੈਨੂੰ ਉੱਥੇ ਪੁੱਛਣਾ ਆ ਠੀਕ ਹੈ ਜੀ ਇੰਸਟਾਗ੍ਰam ਤੇ ਡੀਐਮ ਕਰੋ ਡੀਐਮ ਹੀ ਕਰਨਾ ਹੁੰਦਾ ਬੇਸਿਕਲੀ ਉੱਥੇ ਵੀ ਮੈਨੂੰ ਡੀਐਮ ਕਰਕੇ ਪੁੱਛੋ ਕਿ ਵੀਰੇ ਇਸ ਚ ਦਿੱਕਤ ਆ ਰਹੀ ਐ ਇਸ ਚ ਦਿੱਕਤ ਆ ਰਹੀ ਕਿਸੇ ਟੌਪਿਕ ਤੇ ਵੀਡੀਓ ਚਾਹੀਦੀ ਹੁੰਦੀ ਆ ਉਹਦਾ ਡੀਐਮ ਕਰਿਆ ਕਰੋ ਜਿਹਾ ਥੱਲੇ ਕਮੈਂਟ ਕਰਕੇ ਦੱਸ ਸਕਦੇ ਆ ਤੁਸੀਂ ਬਟ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰ ਲਿਓ ਜੀ ਉੱਥੇ ਵੀ ਸਪੋਰਟ ਕਰ ਦੋ ਦਿਖਾ ਦਿਓ ਮਤਲਬ ਸਪੋਰਟ ਠੀਕ ਹੈ ਜੀ ਤੇ ਆਪਾਂ ਅਗਲੀ ਵੀਡੀਓ ਲੈ ਕੇ ਆਵਾਂਗੇ ਬੀਟ ਮੇਕਿੰਗ ਸੈਸ਼ਨਸ ਦੇ ਉੱਤੇ ਸੋ ਇਹ ਤਾਂ ਆਪਣੀ ਹੋ ਗਈ ਸੀ ਇੱਕ ਵੋਕਲ ਮਿਕਸਿੰਗ ਜਿਹੜੀ ਬੇਸਿਕ ਨਾਰਮਲ ਬੰਦਿਆਂ ਲਈ ਹੈ ਜਿਨ੍ਹਾਂ ਨੇ ਕਵਰ ਕਵਰ Song ਬਣਾਉਣੇ ਹੁੰਦੇ ਆ ਉਹਨਾਂ ਵਾਸਤੇ ਸੀਗੀ ਇਹਦੀ ਇਹ ਅੱਜ ਲਾਸਟ ਵੀਡੀਓ ਸੀ ਅੱਜ ਸਮਾਪਤ ਹੁੰਦੀ ਹੈ ਸੀਰੀਜ਼ ਠੀਕ ਹੈ ਜੀ ਸੋ ਜਿਹਨੂੰ ਪੂਰੀ ਸੀਰੀਜ਼ ਵਧੀਆ ਲੱਗੀ ਆ ਕਮੈਂਟ ਕਰਕੇ ਜਰੂਰ ਦੱਸਿਓ ਜੇ ਕਿਸੇ ਨੂੰ ਐਫਰਟ ਵਧੀਆ ਲੱਗਿਆ ਤਾਂ ਅਗਲੀ ਸੀਰੀਜ਼ ਮੈਂ ਬੀਟ ਮੇਕਿੰਗ ਦੇ ਉੱਤੇ ਲੈ ਕੇ ਆਵਾਂ ਯਾਂ ਕੋਈ ਸ਼ੋਰ ਚਾਹੀਦਾ ਮੈਨੂੰ ਉਹ ਵੀ ਥੱਲੇ ਕਮੈਂਟ ਕਰਕੇ ਜਰੂਰ ਦੱਸ ਦਿਓ ਠੀਕ ਹੈ ਜੀ ਸੋ ਕਿਸੇ ਨੇ ਗਾਣਾ ਵਾਣਾ ਬਣਵਾਉਣਾ ਹੁੰਦਾ ਉਹ ਮੈਨੂੰ ਮੇਰੇ ਨੰਬਰ ਤੇ ਕੰਟੈਕਟ ਕਰਿਆ ਕਰੋ ਤੇ ਜੇ ਤੁਹਾਨੂੰ ਕੋਈ ਬੰਦਾ ਕਵੇ ਵੀ ਹਾਂਜੀ ਮੈਂ ਉਹਨਾਂ ਦਾ ਬੰਦਾ ਬੋਲਦਾ ਉਹਨਾਂ ਨੇ ਰੱਖਿਆ ਹੋਇਆ ਮੈਨੂੰ ਤੁਸੀਂ ਮੈਨੂੰ ਦੇ ਦਿਓ ਟਰੈਕ ਮੈਂ ਬਣਾ ਦਿੰਨਾ ਅਡਵਾਂਸ ਪੇਮੈਂਟ ਕਰ ਦੋ ਇਦਾਂ ਦਾ ਕੋਈ ਕੰਮ ਨਹੀਂ ਕਰਨਾ ਮੈਂ ਕਿਸੇ ਨੂੰ ਨਹੀਂ ਰੱਖਿਆ ਹੋਇਆ ਜੀ ਮੈਂ ਸਿਰਫ ਇੰਡੀਵਿਜੂਅਲੀ ਆਪ ਹੀ ਕੰਮ ਕਰਦਾ ਸਾਰਾ ਸਾਰਾ ਆਪ ਹੀ ਦੇਖਦਾ ਹਾਂ ਠੀਕ ਹੈ ਜੀ ਤੇ ਇੰਨੀਆਂ ਇੱਕ ਗੱਲਾਂ ਕਰਨੀਆਂ ਸੀ ਮੈਂ ਅੱਜ ਤੇ ਆਪਾਂ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਵਿੱਚ ਉਦੋਂ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਰੱਖ ਲਓ ਅਗਲੀਆਂ ਅਗਲੀਆਂ ਵਧੀਆ ਵਧੀਆ ਵੀਡੀਓਜ਼ ਤੇ ਲਈ ਟਾਟਾ ਬਾਏ ਬਾਏ